ਹਾਂਜੀ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਛੁੱਟੀਆਂ ਦੇ ਵਿੱਚ ਪੇਪਰਾਂ ਦੀ ਤਿਆਰੀ ਜਿਹੜੀ ਆ ਉਹ ਕਰ ਰਹੇ ਹੋਵੋਗੇ, ਅਤੇ ਇਹ ਜਿਹੜੀਆਂ ਛੁੱਟੀਆਂ ਨੇਗੀਆਂ ਇਹ ਤੁਹਾਡੇ ਲਈ ਇੱਕ ਮੌਕਾ ਹੈਗਾ, ਇੱਕ ਬੈਨੀਫਿਟ ਹੈ ਕਿ ਤੁਸੀਂ ਇਹਨਾਂ ਦੇ ਵਿੱਚ ਆਪਣੇ ਪੇਪਰਾਂ ਦੀ ਤਿਆਰੀ ਜਿਹੜੀ ਆ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਸੋ ਇਹਨਾਂ ਨੂੰ ਵੇਸਟ ਕਰਨ ਦੀ ਜਗ੍ਹਾ ਇੱਕ ਮੌਕੇ ਦੇ ਤੌਰ 'ਤੇ ਲੈ ਕੇ ਚੱਲੋ। ਜਿਹੜੇ ਵੀ ਵਿਦਿਆਰਥੀਆਂ ਦੀ ਕੋਈ ਕਾਰਗੁਜ਼ਾਰੀ ਜਿਹੜੀ ਆ ਉਹ ਢਿੱਲੀ ਰਹੀ ਹੈ ਸੈਸ਼ਨ ਦੇ ਦੌਰਾਨ, ਉਹ ਇਹਨਾਂ ਛੁੱਟੀਆਂ ਦੇ ਵਿੱਚ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਕੇ ਆਪਣੀ ਪਰਫਾਰਮੈਂਸ ਦੇ ਵਿੱਚ ਸੁਧਾਰ ਕਰ ਸਕਦੇ ਨੇ। ਸੋ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਮੈਂ ਤੁਹਾਡੀ ਹੈਲਪ ਦੇ ਲਈ ਕੁਛ ਵੀਡੀਓਜ਼ ਨੇ ਜਿਹੜੀਆਂ ਕੁਐਸਚਨਸ ਦੀਆਂ, ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਮੈਥਮੈਟਿਕਸ ਦੇ, ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਸੋ ਅੱਜ ਆਪਾਂ ਉਹਦੀ ਸ਼ੁਰੂਆਤ ਕਰ ਦਿਆਂਗੇ। ਆਪਾਂ ਇਹਦੀ ਸਟਾਰਟਿੰਗ 6-6 ਅੰਕਾਂ ਵਾਲੇ ਕੁਐਸਚਨਸ ਤੋਂ ਕਰਾਂਗੇ, ਜਿਹੜੇ ਕਿ ਸਾਡੇ ਲਈ ਜ਼ਿਆਦਾ ਜ਼ਰੂਰੀ ਨੇ ਅਤੇ ਸਾਨੂੰ ਸਿੱਧੇ ਜਿਹੜੇ ਨੇ ਉਹ ਪਾਸ ਮਾਰਕਸ ਤੱਕ ਲਿਜਾ ਸਕਦੇ ਨੇ। ਸੋ ਇਹਦੀ ਸ਼ੁਰੂਆਤ ਆਪਾਂ ਕਰਦੇ ਹਾਂ 6ਵੇਂ ਅਭਿਆਸ ਦੇ ਵਿੱਚੋਂ, ਜਿਹੜੇ 6-6 ਨੰਬਰ ਦੀਆਂ ਆਪਾਂ ਨੂੰ ਥਿਉਰਮਾਂ ਆਉਣੀਆਂ ਨੇਗੀਆਂ, ਦੋ ਥਿਉਰਮਾਂ 6-6ਵੇਂ ਅਭਿਆਸ ਦੇ ਵਿੱਚੋਂ ਅਤੇ ਇੱਕ ਥਿਉਰਮ ਜਿਹੜੀ ਆ ਉਹ 10ਵੇਂ ਅਭਿਆਸ ਦੇ ਵਿੱਚੋਂ ਆਉਣੀ ਹੈ, ਇੰਪੋਰਟੈਂਟ ਹੈ। ਇੱਕ ਤਾਂ ਜਿਹੜੀ ਥਿਉਰਮ ਆ ਉਹ ਪੱਕੀ ਆਊਗੀ ਇਹਨਾਂ ਤਿੰਨਾਂ ਦੇ ਵਿੱਚੋਂ। ਸੋ ਪਹਿਲੀ ਜਿਹੜੀ ਥਿਉਰਮ ਹੈਗੀ ਉਹ ਹੈ ਥੇਲਸ ਥਿਉਰਮ। ਸੋ ਥੇਲਸ ਥਿਉਰਮ ਦੀ ਜਿਹੜੀ ਸਟੇਟਮੈਂਟ ਹੈ, ਜੋ ਉਹਦੀ ਪਰਿਭਾਸ਼ਾ ਹੈਗੀ ਉਹ ਕੀ ਹੈ, ਉਹ ਅਸੀਂ ਦੇਖਦੇ ਹਾਂ। ਪਹਿਲਾਂ ਉਹ ਹੈ ਕਿ ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਸੋ ਇਹ ਪਰਿਭਾਸ਼ਾ ਜਿਹੜੀ ਹੈ ਉਹ ਪੇਪਰ ਦੇ ਵਿੱਚ ਪੁੱਛੀ ਜਾਏਗੀ ਸਾਨੂੰ, ਉਹਦੇ ਮੂਹਰੇ ਲਿਖਿਆ ਹੋਏਗਾ ਸਿੱਧ ਕਰੋ ਕਿ, ਇਹ ਪਰਿਭਾਸ਼ਾ ਦੇ ਮੂਹਰੇ ਲਿਖਿਆ ਹੋਊਗਾ ਸਿੱਧ ਕਰੋ ਕਿ ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਇੱਕ ਰੇਖਾ ਖਿੱਚੀ ਜਾਂਦੀ ਹੈ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਜਿਵੇਂ ਕਿ ਆ ਨਾਲ ਇੱਥੇ ਫਿਗਰ ਬਣਿਆ ਹੋਇਆ ਹੈਗਾ, ਇਹ ਫਿਗਰ ਤੁਸੀਂ ਪੇਪਰ ਦੇ ਵਿੱਚ ਖੁਦ ਬਣਾਉਣਾ ਹੋਊਗਾ, ਇਹ ਬਣਿਆ ਬਣਾਇਆ ਨਹੀਂ ਆਊਗਾ। ਸੋ ਇਹਦੇ 'ਚ ਤ੍ਰਿਭੁਜ ਏ ਬੀ ਸੀ ਜਿਹੜੀ ਹੈ ਇਸ ਦੇ ਵਿੱਚ ਡੀ ਈ ਇੱਕ ਭੁਜਾ ਖਿੱਚੀ ਹੋਈ ਹੈ ਬੀ ਸੀ ਦੇ ਸਮਾਂਤਰ। ਸੋ ਅਸੀਂ ਸਭ ਤੋਂ ਪਹਿਲਾਂ ਇਹਨੂੰ ਸਟਾਰਟ ਕਿਵੇਂ ਕਰਨਾ, ਮੈਥ ਦੇ ਵਿੱਚ ਜੋ ਵੀ ਤੁਸੀਂ ਸਵਾਲ ਹੱਲ ਕਰੋਗੇ ਉਹਦੇ 'ਚ ਹਰੇਕ ਸਟੈਪ ਦਾ ਵੀ ਤੁਹਾਨੂੰ ਜਿਹੜਾ ਨੰਬਰ ਆ ਉਹ ਮਿਲੂਗਾ, ਅਤੇ ਇਹ ਨਹੀਂ ਹੈ ਕਿ ਤੁਸੀਂ ਸੋਚੋ ਵੀ ਮੈਨੂੰ ਇਹ ਸਵਾਲ ਪੂਰਾ ਤਾਂ ਆਉਂਦਾ ਨਹੀਂ ਅਤੇ ਇਹਨੂੰ ਕਰਨਾ ਹੀ ਨਹੀਂ। ਸੋ ਜੇ ਇਹਦੇ 1, 2, 3, 4 ਜਿੰਨੇ ਵੀ ਸਟੈਪ ਤੁਹਾਨੂੰ ਆਉਂਦੇ ਨੇ ਜੇ ਤੁਸੀਂ ਉਹ ਵੀ ਕਰਦੇ ਹੋ ਤਾਂ ਉਹਦੇ ਵੀ ਤੁਹਾਨੂੰ ਮਾਰਕਸ ਮਿਲਣਗੇ। ਸੋ ਇਹ 'ਚ ਸਭ ਤੋਂ ਪਹਿਲੀ ਚੀਜ਼ ਅਸੀਂ ਲਿਖਣੀ ਹੈ ਦਿੱਤਾ ਹੈ, ਵੀ ਸਾਨੂੰ ਇਸ ਥਿਉਰਮ ਦੇ ਵਿੱਚ ਕੀ ਕੀ ਗਿਵਨ ਹੈ, ਕੀ ਕੀ ਦਿੱਤਾ ਹੋਇਆ ਹੈ। ਦਿੱਤਾ ਹੋਇਆ ਹੈ ਕਿ ਡੀ ਈ ਬੀ ਸੀ ਦੇ ਸਮਾਂਤਰ ਹੈ, ਡੀ ਈ ਬੀ ਸੀ ਦੇ ਸਮਾਂਤਰ ਹੈ। ਸਿੱਧ ਕੀ ਕਰਨਾ ਹੈ, ਅਸੀਂ ਸਿੱਧ ਕਰਨਾ ਹੈਗਾ ਕਿ ਜਿਹੜੀਆਂ ਇਹ ਦੋ ਭੁਜਾਵਾਂ ਨੇਗੀਆਂ ਏ ਬੀ ਅਤੇ ਏ ਸੀ, ਇਹਨਾਂ ਨੂੰ ਡੀ ਈ ਕੱਟਦੀ ਹੈ, ਦੋ ਹਿੱਸੇ ਕਰ ਦਿੰਦੀ ਹੈ, ਤਾਂ ਇਹਨਾਂ ਦਾ ਅਨੁਪਾਤ ਬਰਾਬਰ ਹੈ ਏ ਡੀ ਬਟੇ ਡੀ ਬੀ ਬਰਾਬਰ ਹੋਊਗਾ ਏ ਈ ਬਟੇ ਈ ਸੀ ਦੇ।
ਏ ਡੀ ਬਟੇ ਡੀ ਵੀ ਏ ਈ ਬਟੇ ਈ ਸੀ। ਇਹਦੇ 'ਚ ਇੱਕ ਰਚਨਾ ਅਸੀਂ ਲਿਖਣੀ ਹੈਗੀ, ਬੜੀ ਸੌਖੀ ਰਚਨਾ ਹੈਗੀ, ਜੋ ਅਸੀਂ ਬਸ ਕੀਤਾ ਉਸੇ ਨੂੰ ਹੀ ਬਸ ਸ਼ਬਦਾਂ ਦੇ ਵਿੱਚ ਲਿਖਣਾ ਹੈਗਾ। ਪਹਿਲਾ ਹੈ ਕਿ ਬੀ ਨੂੰ ਈ ਨਾਲ ਮਿਲਾ ਦਿਉ, ਸੀ ਨੂੰ ਡੀ ਨਾਲ ਮਿਲਾ ਦਿਉ। ਉਹ ਲਿਖਤਾ ਅਸੀਂ ਬੀ ਨੂੰ ਈ ਨਾਲ, ਸੀ ਨੂੰ ਡੀ ਨਾਲ ਮਿਲਾਇਆ ਗਿਆ। ਫਿਰ ਦੋ ਲੰਬ ਖਿੱਚਣੇ ਨੇ, ਡੀ ਐਮ ਲੰਬ ਹੈ ਜਿਹੜਾ, ਡੀ ਤੋਂ ਐਮ ਤੱਕ ਲੰਬ ਹੈ ਜਿਹੜਾ, ਉਹ ਏ ਸੀ ਭੁਜਾ ਦੇ ਉੱਪਰ ਹੈ, ਆਹ ਭੁਜਾ ਦੇ ਉੱਤੇ। ਅਤੇ ਜਿਹੜਾ ਈ ਤੋਂ ਐਨ ਤੱਕ ਦਾ ਲੰਬ ਹੈ ਉਹ ਏ ਬੀ ਭੁਜਾ ਦੇ ਉੱਤੇ। ਬਸ ਇੰਨਾ ਕੰਮ ਹੀ ਜਿਹੜਾ ਉਹ ਅਸੀਂ ਕਰਨਾ ਹੈਗਾ, ਲਾਈਨਾਂ ਜਿਹੜੀਆਂ ਨੇ ਲਾਉਣੀਆਂ ਨੇ ਲੰਬ ਵਾਲੀਆਂ ਅਤੇ ਆਹ ਮਿਲਾਉਣ ਵਾਲੀਆਂ, ਉਹੀ ਲਿਖ ਦੇਣੀਆਂ ਨੇ। ਹੁਣ ਇਹਨੂੰ ਹੱਲ ਕਰਨ ਦਾ ਜਿਹੜਾ ਤਰੀਕਾ ਹੈ, ਬੜਾ ਸੌਖਾ ਤਰੀਕਾ ਯਾਦ ਰੱਖਣ ਦਾ, ਜੋ ਅਸੀਂ ਸਿੱਧ ਕਰਨਾ ਹੈ ਬਸ ਉਸੇ ਨੂੰ ਹੀ ਅਸੀਂ ਲਿਖਣਾ ਹੈ। ਜਿਵੇਂ ਸ਼ੁਰੂਆਤ ਕਰਨੀ ਹੈ ਅਸੀਂ ਖੇਤਰਫਲ, ਖੇਤਰਫਲ ਲਿਖ ਕੇ ਬਟੇ ਪਾ ਕੇ, ਦੇਖੋ ਏ ਡੀ ਅਤੇ ਡੀ ਬੀ ਲਿਖਿਆ ਹੋਇਆ ਉਹੀ ਅਸੀਂ ਲਿਖ ਲੈਣਾ, ਤ੍ਰਿਭੁਜ ਏ ਡੀ ਅਤੇ ਡੀ ਬੀ। ਅਤੇ ਇਹਦੇ 'ਚ ਇੱਕ ਬਿੰਦੂ ਹੈ ਜਿਹੜਾ ਈ ਈ, ਦੋਨਾਂ 'ਚ ਲਿਖ ਦੇਣਾ, ਬਸ ਆਹੀ ਦੋ ਲਿਖਣੇ ਨੇ, ਏ ਡੀ ਡੀ ਬੀ, ਏ ਡੀ ਬਟੇ ਡੀ ਬੀ, ਦੋਨਾਂ ਦੇ ਨਾਲ ਬਿੰਦੂ ਈ ਈ ਲਾ ਦੇਣਾ ਬਸ। ਤਾਂ ਤ੍ਰਿਭੁਜ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ, ਇੱਕ ਵਟਾ ਦੋ, ਥੱਲੇ ਵੀ ਇੱਕ ਵਟਾ ਦੋ ਹੀ ਆਊਗਾ। ਆਹੀ ਦੋਨੇ ਫਿਰ ਲਿਖ ਦੇਣੇ ਨੇ, ਏ ਡੀ ਬਟੇ ਡੀ ਬੀ, ਏ ਡੀ ਬਟੇ ਡੀ ਬੀ ਲਿਖ ਦੇਣੇ ਨੇ। ਅਤੇ ਅੱਗੇ ਲਿਖਣਾ ਲੰਬ, ਲੰਬ ਸਾਂਝਾ ਹੋਊਗਾ। ਹੁਣ ਏ ਡੀ ਭੁਜਾ ਨੂੰ ਅਸੀਂ ਦੇਖੀਏ, ਜੇ ਇਹਦੇ 'ਚ ਏ ਡੀ ਭੁਜਾ ਜਿਹੜੀ ਹੈ ਇਹਦੇ 'ਤੇ ਲੰਬ ਕੀ ਹੈ, ਈ ਐੱਨ ਲੰਬ ਹੈ, ਤਾਂ ਉਹ ਅਸੀਂ ਦੋਨਾਂ 'ਚ ਲਿਖ ਲੈਣਾ ਈ ਐੱਨ ਬਟੇ ਈ ਐੱਨ। ਤਾਂ ਹੁਣ ਇਹ ਜਿਹੜੇ ਦੋਨੋਂ ਨੇ ਈ ਐੱਨ ਅਤੇ ਈ ਐੱਨ, ਇਹ ਕੱਟ ਜਾਣਗੇ, ਇੱਕ ਵਟਾ ਦੋ ਵੀ ਕੱਟਿਆ ਜਾਊਗਾ, ਬਚੂਗਾ ਸਾਡੇ ਕੋਲ ਏ ਡੀ ਬਟੇ ਡੀ ਬੀ, ਤਾਂ ਉਹ ਅਸੀਂ ਲਿਖ ਲਿਆ ਇੱਥੇ ਏ ਡੀ ਬਟੇ ਡੀ ਬੀ। ਇਸੇ ਤਰੀਕੇ ਨਾਲ ਦੂਜਾ ਸਟੈਪ ਹੈ ਜਿਹੜਾ, ਦੂਜੇ ਸਟੈਪ ਦੇ ਵਿੱਚ ਹੈ ਏ ਈ ਬਟੇ ਈ ਸੀ, ਉਹ ਵੀ ਅਸੀਂ ਉਵੇਂ ਲਿਖ ਲੈਣਾ, ਖੇਤਰਫਲ ਬਟੇ ਖੇਤਰਫਲ, ਤ੍ਰਿਭੁਜ ਏ ਈ ਈ ਸੀ, ਉਹਦੇ ਨਾਲ ਕਿਹੜਾ ਬਿੰਦੂ ਲਾਉਣਾ, ਡੀ ਜਿਹੜਾ ਦੂਜੇ ਪਾਸੇ ਪਿਆ। ਜਿਵੇਂ ਪਹਿਲਾਂ ਲਾਇਆ ਸੀਗਾ ਵੀ ਏ ਡੀ ਲਿਖ ਲਿਆ, ਡੀ ਬੀ ਲਿਖ ਲਿਆ, ਦੂਜੇ ਪਾਸੇ ਬਿੰਦੂ ਪਿਆ ਈ, ਉਹ ਦੋਨਾਂ ਨਾਲ ਲਾਤਾ ਸੀ ਉੱਪਰ ਇੱਥੇ, ਤਾਂ ਉਸੇ ਤਰੀਕੇ ਨਾਲ ਹੀ ਅਸੀਂ ਇੱਥੇ ਡੀ ਲਾ ਦੇਣਾ ਗਾ। ਤਾਂ ਹੁਣ ਫਿਰ ਉਸੇ ਤਰ੍ਹਾਂ ਹੀ ਖੇਤਰਫਲ ਤ੍ਰਿਭੁਜ ਦਾ ਇੱਕ ਵਟਾ ਦੋ, ਇੱਕ ਵਟਾ ਦੋ, ਅੱਗੇ ਉਹੀ ਦੋ ਚੀਜ਼ਾਂ ਲਿਖਣੀਆਂ ਨੇ, ਏ ਈ ਉੱਪਰ, ਈ ਸੀ ਥੱਲੇ, ਜਿਹੜਾ ਕੁਛ ਹੈਗਾ ਇੱਥੇ ਪਹਿਲਾਂ ਹੀ। ਅਤੇ ਅੱਗੇ ਲੰਬ, ਹੁਣ ਦੇਖਣਾ ਵੀ ਏ ਈ ਦੇ ਉੱਤੇ ਲੰਬ ਕਿਹੜਾ, ਉਹ ਹੈ ਡੀ ਐੱਮ, ਡੀ ਐੱਮ ਲੰਬ ਹੈ, ਤਾਂ ਡੀ ਐੱਮ ਲਿਖ ਦੇਣਾ ਇੱਥੇ। ਤਾਂ ਫਿਰ ਇਹ ਹੁਣ ਜਿਹੜਾ ਡੀ ਐੱਮ ਹੈ, ਡੀ ਐੱਮ ਨਾਲ ਕੱਟਿਆ ਜਾਊਗਾ, ਇੱਕ ਵਟਾ ਦੋ ਨਾਲ ਕੱਟਿਆ ਜਾਊਗਾ, ਤਾਂ ਬਚੂਗਾ ਕੀ ਸਾਡੇ ਕੋਲ, ਏ ਈ ਬਟੇ ਈ ਸੀ। ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਦੁਬਾਰਾ ਲਿਖ ਲਿਆ ਬਸ ਆਹੀ ਚੀਜ਼ ਨੂੰ ਹੱਲ ਕਰਕੇ, ਆਹ ਸਾਰੀ ਚੀਜ਼ ਇੱਥੇ ਦੁਬਾਰੇ ਲਿਖ ਲਈ, ਆਹ ਜਿਹੜਾ ਸੀਗਾ ਇਹ ਇੱਥੇ ਲਿਖ ਲਿਆ, ਇਹਨੂੰ ਸਮੀਕਰਨ ਇੱਕ ਮੰਨ ਲਿਆ ਸੀ, ਇਵੇਂ ਜਿਵੇਂ ਹੀ ਆ ਵਿਚਾਲੀਆਂ ਚੀਜ਼ਾਂ ਛੱਡਤੀਆਂ ਬਸ ਇਹਦੇ 'ਚ, ਆਹ ਲਿਖ ਲਿਆ ਦੁਬਾਰਾ ਇੱਥੇ ਥੱਲੇ ਇਹ ਲਿਖ ਲਿਆ, ਅਤੇ ਏ ਈ ਬਟ ਈ ਸੀ ਇੱਥੇ ਲਿਖ ਲਿਆ, ਇਹਨੂੰ ਸਮੀਕਰਨ ਨੰਬਰ ਦੋ ਮੰਨ ਲਿਆ। ਹੁਣ ਅਗਲੀ ਚੀਜ਼ ਜਿਹੜੀ ਹੈ, ਇੱਕ ਛੋਟੀ ਜਿਹੀ ਚੀਜ਼ ਬਸ ਲਿਖਣੀ ਹੈ, ਉਹ ਹੈ ਕਿ ਸਾਨੂੰ ਦਿੱਤਾ ਹੋਇਆ ਹੈ ਕਿ ਡੀ ਈ ਬੀ ਸੀ ਦੇ ਸਮਾਂਤਰ ਹੈ,
ਬਸ ਇਹ ਲਿਖਣਾ ਵੀ ਡੀ ਈ ਬੀ ਸੀ ਦੇ ਸਮਾਂਤਰ ਹੈ। ਤਾਂ ਜਿਹੜੀਆਂ ਦੋ ਤ੍ਰਿਭੁਜਾਂ ਅਸੀਂ ਲਿਖੀਆਂ ਨੇ ਡੀ ਬੀ ਈ ਅਤੇ ਈ ਸੀ ਡੀ, ਇਹ ਦੋਨੇ ਇੱਕ ਹੀ ਆਧਾਰ ਤੇ ਬਣੀਆਂ ਹੋਈਆਂ ਨੇ ਡੀ ਈ ਤੇ, ਡੀ ਈ ਆਧਾਰ ਤੇ ਬਣੀਆਂ ਹੋਈਆਂ ਨੇ, ਡੀ ਈ ਦੋਨਾਂ 'ਚ ਹੀ ਆਉਂਦਾ। ਇਸ ਕਰਕੇ ਇਹਨਾਂ ਦੇ ਖੇਤਰਫਲ ਕੀ ਹੋਣਗੇ? ਬਰਾਬਰ ਹੋਣਗੇ। ਸੋ ਇੱਥੇ ਮੈਂ ਇਹਨੂੰ ਠੀਕ ਕਰਦਾ, ਇਹ ਡੀ ਈ ਆਧਾਰ ਤੇ ਬਣੀਆਂ ਹੋਈਆਂ ਨੇ। ਸੋ ਡੀ ਈ ਸਮਾਂਤਰ ਹੈ ਬੀ ਸੀ ਦੇ। ਸੋ ਇਸ ਕਰਕੇ ਜਿਹੜੇ ਥੱਲੇ ਵਾਲੇ ਹਿੱਸੇ ਨੇ ਆ ਹੀ ਲਿਖਣੇ ਨੇ ਡੀ ਬੀ ਈ ਈ ਸੀ ਡੀ, ਡੀ ਬੀ ਈ ਈ ਸੀ ਡੀ ਦੋਵੇਂ ਇੱਕ ਹੀ ਆਧਾਰ ਡੀ ਈ ਉੱਤੇ ਸਥਿਤ ਹਨ। ਇਸ ਕਰਕੇ ਇਹਨਾਂ ਦੇ ਜਿਹੜੇ ਖੇਤਰਫਲ ਨੇ ਉਹ ਬਰਾਬਰ ਹੋਣਗੇ, ਇਹਨਾਂ ਦੇ ਖੇਤਰਫਲ ਆਪਸ 'ਚ ਬਰਾਬਰ ਹੋਣਗੇ। ਵੀ ਇਹਦੀ ਜਗ੍ਹਾ 'ਤੇ ਆਪਾਂ ਆਹ ਵੀ ਲਿਖ ਸਕਦੇ ਹਾਂ, ਇਹਦਾ ਮਤਲਬ ਇਹ ਹੈ। ਤਾਂ ਫਿਰ ਕੀ ਕੀਤਾ, ਸਮੀਕਰਨ ਨੰਬਰ 1 ਦੇ ਵਿੱਚ, ਸਮੀਕਰਨ ਨੰਬਰ 1 ਤੋਂ ਅਸੀਂ ਡੀ ਬੀ ਈ ਦੀ ਜਗ੍ਹਾ 'ਤੇ, ਡੀ ਬੀ ਈ ਦੀ ਜਗ੍ਹਾ 'ਤੇ ਈ ਸੀ ਡੀ ਲਿਖਤਾ, ਕਿਉਂਕਿ ਦੋਨਾਂ ਦੇ ਖੇਤਰਫਲ ਬਰਾਬਰ ਨੇ। ਤਾਂ ਇੱਥੇ ਈ ਸੀ ਡੀ ਲਿਖਤਾ। ਸੱਜਾ ਪਾਸਾ ਉਵੇਂ ਹੀ ਹੈ ਜਿਵੇਂ ਪਹਿਲਾਂ ਸੀਗਾ, ਏ ਡੀ ਬਟੇ ਡੀ ਬੀ, ਏ ਡੀ ਬਟੇ ਡੀ ਬੀ। ਹੁਣ ਅਸੀਂ ਜੇ ਇਹਨਾਂ ਦੀ ਤੁਲਨਾ ਕਰੀਏ ਸਮੀਕਰਨ 2 ਅਤੇ ਸਮੀਕਰਨ 3 ਦੀ, ਤਾਂ ਦੇਖਦੇ ਹਾਂ ਵੀ ਇਹਨਾਂ ਦੇ ਖੱਬੇ ਪਾਸੇ ਬਰਾਬਰ ਨੇ ਗੇ। ਆਹ ਤਾਂ ਇੱਕੋ ਹੀ ਚੀਜ਼ ਹੈ, ਏ ਈ ਡੀ ਅਤੇ ਏ ਡੀ ਈ ਇੱਕੋ ਹੀ ਚੀਜ਼ ਹੈ, ਆਹੀ ਤ੍ਰਿਭੁਜ ਹੈ ਇਹ। ਚਾਹੇ ਇਹਨੂੰ ਇੱਧਰੋਂ ਲਿਖ ਲਓ ਏ ਡੀ ਈ, ਚਾਹੇ ਇਹਨੂੰ ਇੱਧਰੋਂ ਲਿਖ ਲਓ ਏ ਈ ਡੀ, ਇੱਕੋ ਚੀਜ਼ ਹੈ। ਸੋ ਇਹਨਾਂ ਦੇ ਖੱਬੇ ਪਾਸੇ ਜਿਹੜੇ ਨੇ ਦੋਨਾਂ ਸਮੀਕਰਨਾਂ ਦੇ 2 ਅਤੇ 3 ਦੇ ਬਰਾਬਰ ਨੇ, ਤਾਂ ਇਹਨਾਂ ਦੇ ਸੱਜੇ ਪਾਸੇ ਬਰਾਬਰ ਹੋਣੇ ਚਾਹੀਦੇ ਨੇ। ਸੋ ਏ ਡੀ ਬਟੇ ਡੀ ਬੀ ਬਰਾਬਰ ਹੋਊਗਾ ਏ ਈ ਬਟੇ ਈ ਸੀ ਦੇ। ਇਹੀ ਅਸੀਂ ਸਿੱਧ ਕਰਨਾ ਸੀਗਾ, ਇਹੀ ਥਿਊਰੀ ਥਿਊਰਮ ਹੈ। ਹਾਂਜੀ, ਜਿਹੜੀ ਦੂਜੀ ਥਿਊਰਮ ਹੈ, ਇੰਪੋਰਟੈਂਟ ਥਿਊਰਮ ਹੈ, ਉਹ ਹੈਗੀ ਹੈ ਪਾਇਥਾਗੋਰਸ ਥਿਊਰਮ। ਪਾਇਥਾਗੋਰਸ ਥਿਊਰਮ ਦੀ ਸਟੇਟਮੈਂਟ ਕੀ ਹੈ, ਪਰਿਭਾਸ਼ਾ ਕੀ ਹੈ? ਉਹ ਹੈ ਕਿ ਇੱਕ ਸਮਕੋਣ ਤ੍ਰਿਭੁਜ, ਸਮਕੋਣ ਤ੍ਰਿਭੁਜ ਜਿਹਦੇ 'ਚ ਇੱਕ ਕੋਣ 90 ਡਿਗਰੀ ਦਾ ਹੁੰਦਾ, ਉਹਨੂੰ ਅਸੀਂ ਸਮਕੋਣ ਕਹਿੰਦੇ ਹਾਂ, ਤ੍ਰਿਭੁਜ ਕਹਿੰਦੇ ਹਾਂ। ਇੱਕ ਸਮਕੋਣ ਤ੍ਰਿਭੁਜ ਵਿੱਚ ਕਰਨ, ਕਰਨ ਹੁੰਦੀ ਹੈ ਟੇਢੀ ਭੁਜਾ, ਆ ਟੇਢੀ ਭੁਜਾ ਸਭ ਤੋਂ ਵੱਡੀ ਭੁਜਾ ਜਿਹੜੀ ਹੁੰਦੀ ਹੈ 90 ਡਿਗਰੀ ਦੇ ਕੋਣ ਦੇ ਸਾਹਮਣੇ ਵਾਲੀ ਭੁਜਾ, ਕਰਨ ਉਹਨੂੰ ਕਰਨ ਕਹਿੰਦੇ ਹਾਂ ਅਸੀਂ। ਸੋ ਇੱਕ ਸਮਕੋਣ ਤ੍ਰਿਭੁਜ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਸੋ ਇਹਦੀ ਪਰਿਭਾਸ਼ਾ ਹੈਗੀ। ਤਾਂ ਹੁਣ ਉਹੀ ਚੀਜ਼ਾਂ ਜਿਹੜੀਆਂ ਅਸੀਂ ਲਿਖਣੀਆਂ ਨੇ ਸਟਾਰਟਿੰਗ ਦੇ ਵਿੱਚ, ਦਿੱਤਾ ਕੀ ਹੋਇਆ, ਸਿੱਧ ਕੀ ਕਰਨਾ ਹੈ, ਅਗਰ ਕੋਈ ਰਚਨਾ ਹੈਗੀ ਹੈ ਉਹ ਲਿਖਣਾ ਹੈ। ਤਾਂ ਦਿੱਤਾ ਕੀ ਹੋਇਆਗਾ ਕਿ ਤ੍ਰਿਭੁਜ ਇਹ, ਅੱਛਾ ਇਹ ਜਿਹੜੀ ਫਿਗਰ ਹੈ ਇਹ ਵੀ ਅਸੀਂ ਆਪ ਹੀ ਬਣਾਉਣੀ ਹੈ, ਪੇਪਰ ਦੇ ਵਿੱਚ ਬਣੀ ਨਹੀਂ ਹੋਊਗੀ। ਇਹ ਥੇਲਸ ਥਿਓਰਮ ਦੇ ਵਿੱਚ ਵੀ ਅਸੀਂ ਫਿਗਰ ਖੁਦ ਡਰਾ ਕਰਨੀ ਹੈ, ਅਤੇ ਪਾਇਥਾਗੋਰਸ ਥਿਓਰਮ ਦੇ ਵਿੱਚ ਵੀ ਜਿਹੜੀ ਫਿਗਰ ਹੈ ਅਸੀਂ ਖੁਦ ਹੀ ਡਰਾ ਕਰਨੀ ਹੈ। ਸੋ ਇਹਦੇ 'ਚ ਅਸੀਂ ਤ੍ਰਿਭੁਜ ਬਣਾਈ ਹੈ ਏ ਬੀ ਸੀ। ਇਸ ਤ੍ਰਿਭੁਜ ਦੇ ਵਿੱਚ ਕੋਣ ਬੀ ਜਿਹੜਾ ਉਹ 90 ਡਿਗਰੀ ਦਾ ਹੈਗਾ, 90 ਡਿਗਰੀ ਦਾ ਕੋਣ ਹੈ। ਸੋ ਇਹ ਸਾਨੂੰ ਦਿੱਤਾ ਹੋਇਆ, ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਤ੍ਰਿਭੁਜ ਏ ਬੀ ਸੀ ਦੇ ਵਿੱਚ ਕੋਣ ਬੀ
ਬਰਾਬਰ 90 ਡਿਗਰੀ ਹੈ। ਸਿੱਧ ਕੀ ਕਰਨਾ? ਸਿੱਧ ਕਰਨਾ ਹੈਗਾ ਕਿ ਕਰਨ, ਯਾਨੀ ਕਿ ਏ ਸੀ, ਕਰਨ ਹੈ ਏ ਸੀ, ਕਿ ਇਹਦਾ ਜਿਹੜਾ ਵਰਗ ਹੈ ਉਹ ਜਿਹੜੀਆਂ ਬਾਕੀ ਦੋ ਭੁਜਾਵਾਂ ਨੇ ਏ ਬੀ ਅਤੇ ਬੀ ਸੀ, ਇਹਨਾਂ ਦੇ ਵਰਗਾਂ ਦਾ ਜੋੜ ਹੈ। ਠੀਕ ਹੈ। ਸੋ ਅੱਗੇ 'ਚ ਇੱਕ ਰਚਨਾ ਕਰਨੀ ਹੈ ਛੋਟੀ ਜੀ ਅਸੀਂ, ਉਹ ਹੈ ਕਿ ਬੀ ਡੀ ਲੰਬ ਖਿੱਚਣਾ ਹੈ ਏ ਸੀ ਦੇ ਉੱਤੇ, ਬੀ ਤੋਂ ਡੀ ਅਸੀਂ ਲੰਬ ਖਿੱਚਣਾ ਹੈਗਾ, ਆ ਭੁਜਾ ਏ ਸੀ ਦੇ ਉੱਤੇ ਲੰਬ ਖਿੱਚ ਲਿਆ। ਹੁਣ ਇੱਕ ਥਿਓਰਮ ਤੁਸੀਂ ਲਿਖਣੀ ਹੈ ਸਟਾਰਟਿੰਗ ਕਰਨ ਤੋਂ ਪਹਿਲਾਂ, ਇਹਨੂੰ ਸਿੱਧ ਕਰਨ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਅਸੀਂ ਇੱਕ ਥਿਓਰਮ ਲਿਖਣੀ ਹੈ ਛੋਟੀ ਜੀ, ਉਹ ਹੈ ਕਿ ਇੱਕ ਸਮਕੋਣ ਤ੍ਰਿਭੁਜ ਦੇ ਸਮਕੋਣ ਸਿਖਰ ਤੋਂ, ਯਾਨੀ ਕਿ 90 ਡਿਗਰੀ ਦਾ ਕੋਣ ਜਿੱਥੇ ਬਣਦਾ ਹੈ ਉੱਥੋਂ, ਇੱਕ ਸਮਕੋਣ ਤ੍ਰਿਭੁਜ ਦੇ ਸਮਕੋਣ ਸਿਖਰ ਤੋਂ ਖਿੱਚਿਆ ਲੰਬ ਉਸ ਤ੍ਰਿਭੁਜ ਨੂੰ ਦੋ ਤ੍ਰਿਭੁਜਾਂ ਵਿੱਚ ਵੰਡਦਾ ਹੈ ਜੋ ਮੂਲ ਤ੍ਰਿਭੁਜ ਦੇ ਸਮਰੂਪ ਹੁੰਦੀਆਂ ਹਨ। ਮੂਲ ਤ੍ਰਿਭੁਜ ਕਿਹੜੀ ਹੈ? ਜਿਹੜੀ ਆ ਵੱਡੀ ਤ੍ਰਿਭੁਜ ਹੈ ਏ ਬੀ ਸੀ। ਠੀਕ ਹੈ। ਅਤੇ ਆਹ ਜਿਹੜੀਆਂ ਦੋ ਤ੍ਰਿਭੁਜਾਂ ਬਣ ਗਈਆਂ, ਇੱਕ ਇੱਧਰ ਬਣ ਗਈ ਇੱਕ ਇੱਧਰ ਬਣ ਗਈ, ਅਸੀਂ ਵਿਚਾਲੇ ਲਾਈਨ ਖਿੱਚੀ ਸੀ ਬੀ ਡੀ ਲੰਬ ਖਿੱਚਿਆ ਸੀਗਾ ਤਾਂ ਉਹਦੇ ਇੱਕ ਇੱਧਰ ਬਣ ਗਈ ਤ੍ਰਿਭੁਜ, ਇੱਕ ਇੱਧਰ ਬਣ ਗਈ, ਇਹ ਦੋਨੇ ਤ੍ਰਿਭੁਜਾਂ ਜਿਹੜੀ ਇਹ ਵੱਡੀ ਤ੍ਰਿਭੁਜ ਹੈ ਉਹਦੇ ਸਮਰੂਪ ਹੋਣਗੀਆਂ। ਠੀਕ। ਤਾਂ ਹੁਣ ਅੱਗੇ ਬਸ ਇਹ ਲਿਖਣ ਤੋਂ ਬਾਅਦ ਅਸੀਂ ਸ਼ੁਰੂ ਕਰਨਾ ਹੈਗਾ ਕਿ ਬਈ ਜਿਹੜੀ ਤ੍ਰਿਭੁਜ ਏ ਡੀ ਬੀ ਹੈ ਆ ਉੱਪਰ ਵਾਲੀ, ਏ ਡੀ ਬੀ ਇਹ ਸਮਰੂਪ ਹੈ ਤ੍ਰਿਭੁਜ ਏ ਬੀ ਸੀ ਦੇ। ਤਰਤੀਬ ਧਿਆਨ 'ਚ ਰੱਖਣੀ ਹੈ, ਪਹਿਲਾਂ ਦੋਨਾਂ 'ਚ ਜਿਹੜਾ ਸਾਂਝਾ ਬਿੰਦੂ ਹੈ ਉਹ ਲਿਖਿਆ ਜਾਊਗਾ ਏ ਏ, ਦੂਜਾ ਉਹ ਬਿੰਦੂ ਜਿਹ 'ਤੇ 90 ਡਿਗਰੀ ਦਾ ਕੋਣ ਬਣਦਾ, ਜਿਵੇਂ ਡੀ 'ਤੇ 90 ਦਾ ਬਣਦਾ ਤਾਂ ਡੀ ਲਿਖੀ ਗਈ ਹੈ ਉਰੇ, ਆਹ ਤ੍ਰਿਭੁਜ ਵੱਡੀ ਦੇ ਵਿੱਚ ਬੀ 'ਤੇ ਬਣਦਾ ਤਾਂ ਬੀ ਲਿਖੀ ਗਈ ਹੈ, ਹੁਣ ਤੀਜਾ ਜਿਹੜਾ ਬਚ ਗਿਆ ਉਹ ਲਿਖ ਦੇਣਾ। ਤਾਂ ਪਹਿਲਾਂ ਲਿਖਿਆ ਸੀ ਏ ਡੀ, ਫਿਰ ਬਚਿਆ ਬੀ, ਉਹ ਲਿਖਤਾ ਐਵੇਂ। ਜਿਵੇਂ ਵੱਡੀ ਦੇ ਵਿੱਚ ਸ਼ੁਰੂਆਤ ਕੀਤੀ ਸਾਂਝੇ ਬਿੰਦੂ ਤੋਂ ਏ ਦੋਨਾਂ 'ਚ ਆਉਂਦਾ, ਫਿਰ ਬੀ 90 ਵਾਲਾ, ਫਿਰ ਸੀ ਜਿਹੜਾ ਲਾਸਟ 'ਤੇ ਬਚ ਗਿਆ। ਤਾਂ ਇਹ ਤਰਤੀਬ ਲਿਖਣ ਦਾ ਫਾਇਦਾ ਕੀ ਹੈ? ਇਹਦਾ ਫਾਇਦਾ ਇਹ ਹੈ ਕਿ ਸਾਨੂੰ ਅਨੁਪਾਤ ਲੈਣ ਲੱਗੇ ਜ਼ਿਆਦਾ ਸੋਚਣਾ ਵਿਚਾਰਨਾ ਨਹੀਂ ਪੈਣਾ, ਆਸਾਨੀ ਦੇ ਨਾਲ ਇਹਨੇ ਹੱਲ ਹੋ ਜਾਣਾ ਹੈਗਾ। ਤਾਂ ਅਸੀਂ ਤਰਤੀਬ ਲਿਖੀ ਏ ਡੀ ਬੀ, ਇਹਦੇ 'ਚ ਏ ਬੀ ਸੀ। ਤਾਂ ਅਨੁਪਾਤ ਕਿਵੇਂ ਲੈਣਾ? ਆਲੇ ਦੁਆਲੇ ਵਾਲੇ ਦੋ ਬਿੰਦੂ ਦੇਖੋ, ਏ ਬੀ ਏ ਬੀ, ਇਹਦੇ ਵਿੱਚ ਵੀ ਆਲੇ ਦੁਆਲੇ ਵਾਲੇ ਦੋ ਬਿੰਦੂ, ਏ ਸੀ ਬਟੇ ਏ ਸੀ ਬਰਾਬਰ ਪਹਿਲੇ ਦੋ ਬਿੰਦੂ ਏ ਡੀ ਏ ਡੀ, ਇਹਦੇ ਵੀ ਪਹਿਲੇ ਦੋ ਬਿੰਦੂ ਏ ਬੀ ਏ ਬੀ। ਠੀਕ। ਫਿਰ ਕੀ ਕਰਨਾ? ਕਾਟ ਗੁਣਾ ਕਰਨੀ ਹੈ ਇਹਨਾਂ ਦੀ, ਏ ਬੀ ਨੂੰ ਏ ਬੀ ਨਾਲ ਗੁਣਾ, ਏ ਸੀ ਨੂੰ ਏ ਡੀ ਨਾਲ ਗੁਣਾ ਕਰ ਲਈ, ਏ ਬੀ ਗੁਣਾ ਏ ਬੀ, ਏ ਡੀ ਗੁਣਾ ਏ ਸੀ, ਏ ਬੀ ਦਾ ਵਰਗ ਹੋ ਗਿਆ, ਪਾਵਰ ਦੋ ਹੋ ਗਈ ਕਿਉਂਕਿ ਦੋ ਵਾਰੀ ਗੁਣਾ ਹੋਈ ਹੈ, ਏ ਡੀ ਗੁਣਾ ਏ ਸੀ ਲਿਖ ਲਿਆ, ਇਹਨੂੰ ਸਮੀਕਰਨ ਇੱਕ ਮੰਨ ਲਿਆ। ਫਿਰ ਇਸੇ ਤਰ੍ਹਾਂ ਹੁਣ ਥੱਲੇ ਇੱਕ ਤ੍ਰਿਭੁਜ ਬਣਦੀ ਹੈ, ਆਹ ਹੇਠਾਂ ਬਣੀ ਹੈ ਜਿਹੜੀ, ਉੱਪਰ ਵਾਲੀ ਤਾਂ ਅਸੀਂ ਪਹਿਲਾਂ ਹੱਲ ਕਰ ਲਈ, ਹੁਣ ਆਹ ਥੱਲੇ ਛੋਟੀ ਤ੍ਰਿਭੁਜ ਸੀ ਡੀ ਬੀ, ਇਹਨੂੰ ਵੀ ਵੱਡੀ ਤ੍ਰਿਭੁਜ ਦੇ ਸਮਰੂਪ ਲੈਣਾ ਹੈਗਾ। ਤਾਂ ਛੋਟੀ ਨੂੰ ਸਾਂਝਾ ਬਿੰਦੂ ਪਹਿਲਾਂ ਲਿਖਾਂਗੇ ਸੀ, ਫਿਰ 90 ਵਾਲਾ ਡੀ, ਫਿਰ ਜਿਹੜਾ ਤੀਜਾ ਬਚ ਗਿਆ ਬੀ। ਵੱਡੀ ਤ੍ਰਿਭੁਜ ਦੇ ਵਿੱਚ ਸਾਂਝਾ ਇੱਥੋਂ ਸ਼ੁਰੂ ਕਰਾਂਗੇ, ਇਸ ਵਾਰ
ਸੀ, ਫਿਰ 90 ਵਾਲਾ ਬੀ, ਫਿਰ ਏ। ਸੋ ਤ੍ਰਿਭੁਜ ਆਊਗੀ ਸੀ ਡੀ ਬੀ, ਸੀ ਡੀ ਬੀ ਸਮਰੂਪ ਹੋਊਗੀ ਵੱਡੀ ਤ੍ਰਿਭੁਜ ਦੇ ਸੀ ਬੀ ਏ ਦੇ, ਸੀ ਬੀ ਏ ਦੇ। ਸੋ ਇਹਦੇ ਵਿੱਚ ਵੀ ਉਦਾਂ ਹੀ ਕਰਨਾ ਹੈ, ਆਲੇ ਦੁਆਲੇ ਵਾਲੇ ਦੋ ਬਿੰਦੂ ਬੀ ਸੀ, ਬੀ ਸੀ ਇਹਦੇ ਵਿੱਚ ਵੀ ਆਲੇ ਦੁਆਲੇ ਵਾਲੇ ਦੋ ਬਿੰਦੂ ਏ ਸੀ, ਏ ਸੀ ਬਰਾਬਰ, ਫਿਰ ਪਹਿਲੇ ਦੋ ਡੀ ਸੀ, ਡੀ ਸੀ, ਫਿਰ ਇਹਦੇ ਪਹਿਲੇ ਦੋ ਬੀ ਸੀ, ਬੀ ਸੀ, ਫਿਰ ਇਹਨਾਂ ਨੂੰ ਘਾਟ ਗੁਣਾ ਕਰਨੀ ਹੈ। ਨਾਲ ਇਹਦੇ ਕਾਰਨ ਲਿਖਣੇ ਨੇ, ਮੂਲ ਸਮਾਨ ਅਨੁਪਾਤਤਾ ਪ੍ਰਮੇਯ ਦੋਨਾਂ 'ਚ ਹੀ ਲਿਖਣਾ ਹੈਗਾ। ਸੋ ਬੀ ਸੀ ਨੂੰ ਬੀ ਸੀ ਨਾਲ ਗੁਣਾ, ਏ ਸੀ ਨੂੰ ਡੀ ਸੀ ਨਾਲ ਗੁਣਾ, ਪੀ ਸੀ ਦੀ ਪਾਵਰ 2 ਹੋ ਗਈ, ਡੀ ਸੀ ਗੁਣਾ ਏ ਸੀ, ਸਮੀਕਰਨ ਨੰਬਰ 2 ਲਿਖ ਲਿਆ ਸੀ। ਹੁਣ ਇਹ ਜਿਹੜੀ ਸਮੀਕਰਨ ਨੰਬਰ 1 ਤੇ 2 ਹੈ, ਇਹਨਾਂ ਨੂੰ ਅਸੀਂ ਜੋੜਨਾ ਹੈਗਾ। ਸਮੀਕਰਨ 1 ਤੇ 2 ਨੂੰ ਜੋੜਨ ਤੇ ਤਾਂ ਖੱਬੇ ਪਾਸੇ ਏ ਬੀ ਦਾ ਵਰਗ, ਇੱਧਰ ਖੱਬੇ ਪਾਸੇ ਬੀ ਸੀ ਦਾ ਵਰਗ, ਇਹ ਜੁੜ ਜਾਣਗੇ ਤਾਂ ਇਹ ਬਣ ਜਾਊਗਾ ਏ ਬੀ ਦਾ ਵਰਗ ਪਲੱਸ ਬੀ ਸੀ ਦਾ ਵਰਗ। ਸੱਜੇ ਪਾਸੇ ਇਹਨਾਂ ਸਮੀਕਰਨਾਂ ਦੇ ਇਹਦੇ ਹੈਗਾ ਏ ਡੀ ਗੁਣਾ ਡੀ ਸੀ, ਇਹਦੇ 'ਚ ਹੈਗਾ ਡੀ ਸੀ ਗੁਣਾ ਏ ਸੀ, ਇਹ ਜੁੜ ਜਾਣਗੇ ਇਕੱਲੇ ਇਕੱਲੇ, ਏ ਡੀ ਗੁਣਾ ਏ ਸੀ ਪਲੱਸ ਡੀ ਸੀ ਗੁਣਾ ਏ ਸੀ, ਦੋਨਾਂ 'ਚ ਸਾਂਝਾ ਏ ਸੀ ਹੈ, ਇਹਦੇ 'ਚ ਵੀ ਇਹਦੇ 'ਚ ਵੀ ਏ ਸੀ ਕਾਮਨ ਆ ਗਿਆ, ਅੰਦਰ ਰਹਿ ਗਿਆ ਬ੍ਰੈਕਟ ਦੇ ਏ ਡੀ ਪਲੱਸ ਡੀ ਸੀ। ਤਾਂ ਏ ਡੀ ਅਤੇ ਡੀ ਸੀ, ਹੁਣ ਇਹਨੂੰ ਜੇ ਅਸੀਂ ਤ੍ਰਿਭੁਜ ਨੂੰ ਦੇਖੀਏ ਤਾਂ ਏ ਡੀ ਅਤੇ ਡੀ ਤੋਂ ਸੀ ਇਹਨੂੰ ਜੋੜ ਕੇ ਕੀ ਬਣਦਾ ਹੈਗਾ, ਏ ਸੀ ਬਣਦਾ ਫੁੱਲ। ਤਾਂ ਅਸੀਂ ਇਹਨਾਂ ਦੇ ਜੋੜ ਦੀ ਜਗ੍ਹਾ 'ਤੇ ਏ ਸੀ ਲਿਖਤਾ। ਹੁਣ ਏ ਸੀ ਗੁਣਾ ਏ ਸੀ ਕੀ ਬਣ ਗਿਆ, ਏ ਸੀ ਦੀ ਪਾਵਰ 2। ਤਾਂ ਇੱਧਰ ਕੀ ਸੀਗਾ, ਏ ਬੀ ਦੀ ਪਾਵਰ 2 ਪਲੱਸ ਬੀ ਸੀ ਦੀ ਪਾਵਰ 2 ਬਰਾਬਰ ਬਣ ਗਿਆ ਜੀ ਏ ਸੀ ਦੀ ਪਾਵਰ 2। ਤਾਂ ਇਹੀ ਅਸੀਂ ਸਿੱਧ ਕਰਨਾ ਸੀ, ਇਹੀ ਸਾਡੀ ਪਾਇਥਾਗੋਰਸ ਥਿਉਰਮ ਹੈ। ਹਾਂਜੀ, ਤੀਸਰੀ ਜਿਹੜੀ ਇੰਪੋਰਟੈਂਟ ਥਿਉਰਮ ਹੈ ਅਤੇ ਸਭ ਤੋਂ ਸੌਖੀ ਥਿਉਰਮ ਹੈ, ਬੜੇ ਆਸਾਨ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਸਮਾਂ ਵੀ ਬਹੁਤ ਘੱਟ ਲੱਗਦਾ ਇਹਦੇ 'ਚ, ਉਹ ਹੈ 10ਵੇਂ ਅਭਿਆਸ 'ਚੋਂ ਕਿ ਬਾਹਰੀ ਬਿੰਦੂ ਤੋਂ ਚੱਕਰ 'ਤੇ ਖਿੱਚੀਆਂ ਸਪਰਸ਼ ਰੇਖਾਵਾਂ ਲੰਬਾਈ ਵਿੱਚ ਬਰਾਬਰ ਹੁੰਦੀਆਂ ਹਨ। ਕਿ ਇਸ ਥਿਉਰਮ ਦੇ ਵਿੱਚ ਵੀ ਅਸੀਂ ਡਾਇਗ੍ਰਾਮ ਜਿਹੜੀ ਆ ਉਹ ਖੁਦ ਬਣਾਉਣੀ ਹੈਗੀ, ਬਣੀ ਨਹੀਂ ਹੋਊਗੀ ਇਹ ਪੇਪਰ ਦੇ ਵਿੱਚ। ਚੱਕਰ ਬਣਾ ਕੇ ਉਹਦੇ ਉੱਤੇ ਕੋਈ ਦੋ ਬਿੰਦੂ ਲੈ ਕੇ, ਬਾਹਰ ਇੱਕ ਬਿੰਦੂ ਪੀ ਲੈ ਕੇ ਉਹਦੇ 'ਤੇ ਸਪਰਸ਼ ਰੇਖਾਵਾਂ ਖਿੱਚ ਦੇਣੀਆਂ ਨੇਗੀਆਂ, ਠੀਕ। ਤਾਂ ਦੋ ਸਪਰਸ਼ ਰੇਖਾਵਾਂ ਨੇ ਬੀ ਤੋਂ ਸੋਰੀ ਪੀ ਤੋਂ ਬੀ ਤੱਕ ਖਿੱਚੀ ਹੈ, ਫਿਰ ਪੀ ਤੋਂ ਏ ਤੱਕ ਖਿੱਚੀ ਹੈ। ਅਸੀਂ ਸਿੱਧ ਕਰਨਾ ਹੈ ਵੀ ਇਹ ਜਿਹੜੀਆਂ ਸਪਰਸ਼ ਰੇਖਾਵਾਂ ਨੇ ਏ ਪੀ ਅਤੇ ਬੀ ਪੀ, ਇਹ ਲੰਬਾਈ ਦੇ ਵਿੱਚ ਬਰਾਬਰ ਨੇਗੀਆਂ। ਸੋ ਸਾਨੂੰ ਦਿੱਤਾ ਕੀ ਹੋਇਆਗਾ, ਏ ਪੀ ਅਤੇ ਬੀ ਪੀ ਚੱਕਰ ਦੀਆਂ ਸਪਰਸ਼ ਰੇਖਾਵਾਂ ਹਨ। ਸਿੱਧ ਕੀ ਕਰਨਾ ਹੈ, ਇਹਨਾਂ ਦੀ ਲੰਬਾਈ ਬਰਾਬਰ ਹੈ, ਏ ਪੀ ਅਤੇ ਬੀ ਪੀ ਬਰਾਬਰ ਨੇ। ਰਚਨਾ ਕੀ ਹੈ, ਰਚਨਾ ਦੇ ਵਿੱਚ ਕੁਝ ਖਾਸ ਨਹੀਂ ਹੈ, ਬਸ ਅਸੀਂ ਇਹਨਾਂ ਨੂੰ ਮਿਲਾਉਣਾ ਹੀ ਹੈ, ਬਿੰਦੂਆਂ ਨੂੰ ਓ ਨੂੰ ਪੀ ਨਾਲ ਮਿਲਾਉਣਾ ਹੈ ਅਸੀਂ, ਫਿਰ ਓ ਨੂੰ ਏ ਨਾਲ ਮਿਲਾ ਦੇਣਾ, ਓ ਨੂੰ ਬੀ ਨਾਲ ਮਿਲਾ ਦੇਣਾ। ਆਹ ਦੋਨੇ ਕੋਣ 90 ਡਿਗਰੀ ਦੇ ਬਣਨਗੇ, ਕਿਉਂਕਿ ਸਾਨੂੰ ਪਤਾ ਹੈ ਵੀ ਸਪਰਸ਼ ਬਿੰਦੂ 'ਚੋਂ ਜਦੋਂ ਅਰਧ ਅਭਿਆਸ ਲੰਘਦਾ ਹੈ ਤਾਂ ਉਹ ਸਪਰਸ਼ ਰੇਖਾ ਦੇ ਉੱਤੇ ਲੰਬ ਹੁੰਦਾ ਹੈਗਾ। ਅਤੇ ਇਹਨੂੰ ਸਿੱਧ ਕਰਨ ਦਾ ਤਰੀਕਾ ਬੜਾ ਸੌਖਾ ਹੈ, ਬੜਾ ਈਜ਼ੀ ਹੈ, ਉਹ ਹੈ ਅਸੀਂ ਦੋ ਤ੍ਰਿਭੁਜਾਂ ਲੈ ਲੈਣੀਆਂ ਨੇ ਜਿਹੜੀਆਂ ਬਣਦੀਆਂ ਨੇ, ਏ ਓ ਪੀ ਇੱਕ ਉੱਪਰ ਬਣਦੀ ਹੈ ਇੱਕ ਥੱਲੇ, ਬੀ ਓ
ਪੀ 2 ਤਿਰਭੁਜਾਂ ਅਸੀਂ ਲੈ ਲੈਣੀਆਂ ਨੇ, ਇਹਨਾਂ ਨੂੰ ਸਰਵੰਗ ਸਮ ਸਿੱਧ ਕਰਨਾ ਹੈਗਾ, ਉੱਪਰ ਵਾਲੀ ਤਿਰਭੁਜ ਨੂੰ ਥੱਲੇ ਵਾਲੀ ਤਿਰਭੁਜ ਦੇ। ਤਾਂ ਇਹਦੇ 'ਚ ਸਰਵੰਗ ਸਮਤਾ ਦੇ ਵਿੱਚ ਅਸੀਂ 3 ਚੀਜ਼ਾਂ, 3 ਸਬੂਤ ਅਸੀਂ ਲਿਖਦੇ ਹੁੰਦੇ ਹਾਂਗੇ ਸਰਵੰਗ ਸਮਤਾ ਦੇ। ਪਹਿਲਾ ਆਜੂਗਾ ਇਹਨਾਂ ਦੇ ਵਿੱਚ, ਦੇਖਣ 'ਤੇ ਪਤਾ ਲੱਗ ਰਿਹਾ ਹੈਗਾ ਇਹਨਾਂ ਦੇ ਨਾਮ ਤੋਂ ਹੀ, ਓ ਪੀ ਏ 'ਚ ਵੀ ਆਉਂਦਾ ਹੈ, ਓ ਪੀ ਏ 'ਚ ਵੀ ਆਉਂਦਾ। ਦੇਖੋ ਓ ਪੀ ਬਰਾਬਰ ਓ ਪੀ, ਸਾਂਝੀ ਭੁਜਾ ਇਹ। ਦੂਸਰੀ ਚੀਜ਼ ਆ ਕੋਣ ਨੇ 90-90 ਡਿਗਰੀ ਦੇ, ਉੱਪਰ ਹੈਗਾ ਓ ਏ ਪੀ, ਇਹ 'ਚ ਹੈਗਾ ਓ ਬੀ ਪੀ। ਤੁਸੀਂ ਇਕੱਲਾ ਏ ਅਤੇ ਬੀ ਵੀ ਲਿਖ ਸਕਦੇ ਹੋਗੇ, ਇਹਨੂੰ ਚਾਹੇ ਆਪਾਂ ਰਹਿਣ ਹੀ ਦਈਏ, ਇਸ ਨੂੰ ਛੱਡ ਦਈਏ ਚਾਹੇ। ਤਾਂ ਇਕੱਲਾ ਕੋਣ ਏ ਕੋਣ ਬੀ ਇਹ ਵੀ ਬਰਾਬਰ 90 ਡਿਗਰੀ ਅਸੀਂ ਲਿਖ ਸਕਦੇ ਹਾਂ, ਇਕੱਲਾ ਏ ਅਤੇ ਬੀ ਵੀ ਲਿਖ ਸਕਦੇ ਹਾਂ, ਠੀਕ ਹੈ ਜੀ। ਦੂਸਰੀ ਚੀਜ਼ ਹੋ ਗਈ, ਤੀਸਰੀ ਹੋ ਗਈ ਓ ਏ ਅਤੇ ਓ ਬੀ। ਹੁਣ ਇਹ ਕਿਉਂ ਬਰਾਬਰ ਨੇ, ਕਿਉਂਕਿ ਇਹ ਚੱਕਰ ਦੇ ਅਰਧ ਵਿਆਸ ਨੇ, ਓ ਤੋਂ ਏ ਅਤੇ ਓ ਤੋਂ ਬੀ ਇਹ ਦੋਨੇ ਕੀ ਨੇ, ਚੱਕਰ ਦੇ ਅਰਧ ਵਿਆਸ ਨੇ, ਸੋ ਇਹ ਤਾਂ ਬਰਾਬਰ ਹੋਣਗੇ ਹੀ। ਸੋ 3 ਚੀਜ਼ਾਂ ਹੋ ਗਈਆਂ, ਇੱਕ ਸਾਂਝੀ ਭੁਜਾ ਹੋ ਗਈ, ਇੱਕ 90 ਦਾ ਕੋਣ ਹੋ ਗਿਆ, ਅਤੇ 2 ਭੁਜਾਵਾਂ ਇਹ ਹੋ ਗਈਆਂ, ਓ ਏ ਅਤੇ ਓ ਬੀ ਅਰਧ ਵਿਆਸ ਨੇ। 3 ਚੀਜ਼ਾਂ ਬਰਾਬਰ ਹੋ ਗਈਆਂ ਤਾਂ ਤਿਰਭੁਜਾਂ ਕੀ ਹੋ ਗਈਆਂ, ਸਰਵੰਗ ਸਮ। ਤਾਂ ਏ ਓ ਪੀ ਸਰਵੰਗ ਸਮ ਹੈ ਤਿਰਭੁਜ ਬੀ ਓ ਪੀ ਦੇ। ਨਿਯਮ ਲੱਗ ਗਿਆ ਆਰ ਐਚ ਐਸ, ਯਾਨੀ ਕਿ ਸਮਕੋਣ, ਕਰਨ ਅਤੇ ਭੁਜਾ। ਇੱਕ ਇਹਦੇ 'ਚ ਸਮਕੋਣ ਹੈ, ਇੱਕ ਇਹਦੇ 'ਚ ਕਰਨ ਹੈ, ਭੁਜਾ ਇਹਨਾਂ ਦੀ ਕਰਨ ਹੈ ਓ ਪੀ। ਸੋ ਓ ਏ ਅਤੇ ਓ ਬੀ ਇੱਕ ਭੁਜਾ ਹੋ ਗਈ। ਸੋ ਇਸ ਕਰਕੇ ਕਿਉਂਕਿ ਤਿਰਭੁਜਾਂ ਸਰਵੰਗ ਸਮ ਹੋ ਗਈਆਂ, ਤਾਂ ਸਰਵੰਗ ਸਮ ਤਿਰਭੁਜਾਂ ਦੇ ਬਾਕੀ ਸਾਰੇ ਜਿਹੜੇ ਭਾਗ ਹੁੰਦੇ ਨੇ ਉਹ ਬਰਾਬਰ ਹੋ ਜਾਂਦੇ ਨੇ। ਤਾਂ ਅਸੀਂ ਲਿਖ ਦਾਂਗੇ ਕਿ ਏ ਪੀ ਅਤੇ ਬੀ ਪੀ ਜੋ ਕਿ ਇਹਨਾਂ ਦੇ ਤਿਰਭੁਜਾਂ ਦੇ ਭਾਗ ਨੇ, ਏ ਪੀ ਅਤੇ ਬੀ ਪੀ ਇਹ ਵੀ ਬਰਾਬਰ ਨੇ। ਆ ਨਾਲ ਇਹਦਾ ਕਾਰਨ ਸੀ ਪੀ ਸੀ ਟੀ, ਕਰਸਪੋਂਡਿੰਗ ਪਾਰਟਸ ਆਫ ਕੰਗੂਰੈਂਟ ਟ੍ਰਾਇੰਗਲਸ, ਇਹ ਅਸੀਂ ਲਿਖ ਦੇਣਾ ਹੈਗਾ ਸੀ ਪੀ ਸੀ ਟੀ। ਸੋ ਇਹ ਸੀਗੀਆਂ 3 ਇੰਪੋਰਟੈਂਟ ਥਿਓਰਮਸ ਜਿਹੜੀਆਂ 6ਵੇਂ ਅਤੇ 10ਵੇਂ ਅਭਿਆਸ ਦੇ ਵਿੱਚੋਂ ਆਉਣੀਆਂ ਨੇਗੀਆਂ। ਅਤੇ ਹੁਣ ਕੱਲ੍ਹ ਨੂੰ ਆਪਾਂ 6ਵੇਂ ਅਤੇ 10ਵੇਂ ਅਭਿਆਸ 'ਚੋਂ, ਕਿਉਂਕਿ 14 ਨੰਬਰ ਦਾ ਪੇਪਰ ਆਉਣਾ ਹੈਗਾ, 6-6 ਨੰਬਰ ਦੇ, 4-4 ਨੰਬਰ ਦੇ, 2-2 ਨੰਬਰ ਦੇ ਸਵਾਲ ਇਹ 'ਚੋਂ ਆਉਣੇ ਨੇਗੇ। ਸੋ ਇਸ ਕਰਕੇ ਇਹ ਥਿਓਰਮਸ ਨੂੰ ਤੁਸੀਂ ਅੱਜ ਰਿਵਾਈਜ਼ ਕਰੋ ਚੰਗੇ ਤਰੀਕੇ ਨਾਲ। ਕੱਲ੍ਹ ਨੂੰ ਫਿਰ ਆਪਾਂ ਇਹ ਇਹਨਾਂ ਅਭਿਆਸਾਂ ਦੇ ਵਿੱਚੋਂ 4-4 ਅੰਕਾਂ ਦੇ ਜਿਹੜੇ ਸਵਾਲ ਨੇਗੇ ਉਹ ਰਿਵਾਈਜ਼ ਕਰਾਂਗੇ। ਅਤੇ ਕੱਲ੍ਹ ਨੂੰ ਤੁਸੀਂ ਜੋ ਵੀ ਤੁਹਾਡੀਆਂ 6ਵੇਂ ਅਤੇ 10ਵੇਂ ਅਭਿਆਸ 'ਚ ਪ੍ਰੋਬਲਮਸ ਹੋਣਗੀਆਂ, 2-2 ਅੰਕਾਂ 'ਚ, 4-4 'ਚ, ਠੀਕ ਹੈ, ਉਹ ਤੁਸੀਂ ਸਾਰਿਆਂ ਨੇ ਆਪਣੀਆਂ ਪ੍ਰੋਬਲਮਸ ਸਿਰਫ 6ਵੇਂ ਅਤੇ 10ਵੇਂ ਦੀਆਂ, ਕਿਉਂਕਿ ਆਪਾਂ ਸਿਸਟਮੈਟਿਕਲੀ ਚੱਲਣਾ ਗਾ, ਹੌਲੀ ਹੌਲੀ ਸਾਰੇ ਅਭਿਆਸ ਕਵਰ ਕਰਾਂਗੇ ਆਹ ਦਿਨਾਂ ਦੇ ਵਿੱਚ। ਤਾਂ 6ਵੇਂ ਅਤੇ 10ਵੇਂ ਅਭਿਆਸ 'ਚ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੋਣਗੀਆਂ 2 ਨੰਬਰ 'ਚ, 4 ਨੰਬਰ ਦੇ ਵਿੱਚ, ਉਹ ਤੁਸੀਂ ਆਪਣੀਆਂ ਲਿਖ ਕੇ ਕਾਗਜ਼ ਦੇ ਉੱਤੇ, ਠੀਕ ਹੈ, ਉਹਨਾਂ ਨੂੰ ਫੋਟੋ ਖਿੱਚ ਕੇ ਵਧੀਆ ਤਰੀਕੇ ਨਾਲ